ਜੇ ਤਾਂ ਆਪਣੇ ਜੀਵਨ ਦੀ ਅਗਵਾਈ ਗੁਰੂ ਨੂੰ ਦਿੱਤੀ ਫਿਰ ਤਾਂ ਸੁਖੀ ਹੋ ਸੁਖਸਾਰ। ਜੇ ਜੀਵਨ ਦੀ ਅਗਵਾਈ ਮੈਂ ਆਪਣੇ ਹੱਥ 'ਚ ਰੱਖੀ ਫਿਰ ਵਿਛੜ ਚੋਟਾਂ ਖਾਵੇ। ਦੋਨੋਂ ਚੀਜ਼ਾਂ ਨੇ, ਕਿਉਂਕਿ ਮੇਰੀ ਮਤ ਇੰਨੀ ਮਲੀਨ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਕੇ। ਇਹ ਇਸ ਜਨਮ ਦਾ ਮੈਲਾ ਨਹੀਂ ਹੋਇਆ ਪਿਆ, ਇਸ ਜਨਮ ਦਾ ਕਾਲਾ ਨਹੀਂ, ਇਹ ਤਾਂ ਪਿੱਛੋਂ ਕਾਲਾ ਤੁਰਿਆ ਆ ਰਿਹਾ। ਔਰ ਇਹ ਮੈਂ ਨਹੀਂ ਕਹਿ ਰਿਹਾ, ਸਾਹਿਬ ਕਹਿ ਰਹੇ, ਮਲੀਨ ਹੋਇਆ ਪਿਆ ਤੇ ਮਲੀਨ ਮਨ ਨੇ ਮਲੀਨ ਹੀ ਸੋਚਣਾ। ਆਖੋ ਸਤਨਾਮ। ਮਲੀਨ ਮਨ ਨੇ ਅੱਖਾਂ ਸਾਧ ਸੰਗਤ ਮਾੜਾ ਵੇਖਦੀਆਂ ਨੇ, ਅੱਖਾਂ ਚੰਗਾ ਵੀ ਵੇਖਦੀਆਂ। ਹੁਣ ਮਾੜਾ ਵੇਖਣ ਵਾਸਤੇ ਤੇ ਚੰਗਾ ਵੇਖਣ ਵਾਸਤੇ ਕੌਣ ਕਹਿ ਰਿਹਾ ਅੱਖ ਨੂੰ? ਆਖੋ ਸਤਨਾਮ। ਮਨ ਮਨ ਜ਼ਬਾਨ ਮਾੜਾ ਵੀ ਬੋਲਦੀ ਹੈ, ਜ਼ਬਾਨ ਚੰਗਾ ਵੀ ਬੋਲਦੀ ਹੈ। ਇਹ ਚੰਗਾ ਮਾੜਾ ਬੋਲਣ ਵਾਸਤੇ ਕੌਣ ਇਹਨੂੰ ਕਹਿ ਰਿਹਾ? ਮਨ। ਬੁੱਧੀ ਚੰਗਾ ਵੀ ਸੋਚਦੀ ਹੈ, ਬੁੱਧੀ ਮਾੜਾ ਵੀ ਸੋਚਦੀ ਹੈ। ਇਹਨੂੰ ਮਾੜਾ ਚੰਗਾ ਸੋਚਣ ਵਾਸਤੇ ਕੌਣ ਮਜਬੂਰ ਕਰੇ? ਮਨ। ਤੇ ਇੱਕ ਗੱਲ ਧਿਆਨ ਰੱਖਣਾ, ਜੇ ਮਨ ਮੈਲਾ ਹੈ ਸੋਚ ਮੈਲੀ ਹੋਏਗੀ, ਮਨ ਮੈਲਾ ਹੈ ਦੇਖਣੀ ਮੈਲੀ ਹੋਏਗੀ, ਮਨ ਮੈਲਾ ਹੈ ਸੁਣਨਾ ਮੈਲਾ ਹੋਏਗਾ, ਮਨ ਮੈਲਾ ਹੈ ਬੋਲਣਾ ਮੈਲਾ ਹੋਏਗਾ, ਮਨ ਮੈਲਾ ਸਭ ਕੁਛ ਮੈਲਾ। ਮਹਾਰਾਜ ਕਹਿੰਦੇ ਨੇ ਸਭ ਕੁਛ ਤੇਰਾ ਮੈਲਾ ਹੋਏਗਾ, ਤੇ ਇਹ ਤਾਂ ਤੁਰਿਆ ਹੀ ਮੈਲਾ ਹੈ। ਇਹ ਜਨਮ ਇਸ ਕਰਕੇ ਮਿਲਿਆ ਕਿ ਇਹਨੂੰ ਇੱਥੇ ਰਗੜ ਕੇ ਸਾਫ਼ ਕਰ, ਹੋਏ ਇਹ ਵੇਲਾ ਮਿਲੇ ਹੀ ਤੈਨੂੰ ਸਾਫ਼ ਕਰਨ ਦਾ। ਪਰ ਹੋਇਆ ਕਿ ਮੈਲ ਤੇ ਮੈਲ ਚੜਾ ਬੈਠੇ ਜੀ, ਹੁਣ ਮਹਿਲ ਉਤਰੇਗੀ ਕਿਵੇਂ? ਗੁਰੂ ਕੋਲ ਆ, ਗੁਰੂ ਤੈਨੂੰ ਨਾਮ ਦੇਣਗੇ, ਗੁਰੂ ਤੈਨੂੰ ਆਪਣੀ ਮੱਤ ਦੇਣਗੇ, ਗੁਰੂ ਤੈਨੂੰ ਆਪਣਾ ਗਿਆਨ ਦੇਣਗੇ, ਗੁਰੂ ਤੈਨੂੰ ਰਾਹ ਦੇਣਗੇ, ਗੁਰੂ ਤੇਰੀ ਅਗਵਾਈ ਕਰਨਗੇ। ਬਸ ਤੂੰ ਸਰੈਂਡਰ ਹੋ ਜਾਈ, ਤੂੰ ਸਰੈਂਡਰ ਹੋ ਜਾਈ, ਤੂੰ ਸੇਵਕ ਬਣ ਜਾਈ, ਬਸ ਮਾਲਕ ਨਾ ਬਣੀ। ਆਖੋ ਸਤਿਨਾਮ। ਸਾਡਾ ਕਸੂਰ ਵੱਡਾ ਇਹ ਹੈ ਅਸੀਂ ਮਾਲਕ ਬਣ ਕੇ ਬਹਿ ਜਾਂਦੇ। ਮੈਂ ਫਿਰ ਮਾਰ ਖਾਂਦੇ, ਫਿਰ ਮਾਰ ਖਾਂਦੇ, ਕੰਮ ਧੰਦਾ ਹੈ ਨਹੀਂ, ਮਾਲਕ ਇੱਦਾਂ ਬੈਠਾ। ਬਿਜਲੀ ਦੇ ਬਿੱਲ ਭਰਨੇ ਨੇ, ਮਾਲਕ ਇੱਦਾਂ ਬੈਠਾ। ਸੈਲਰੀਆਂ ਦੇਣੀਆਂ ਨੇ, ਮਾਲਕ ਇੱਦਾਂ ਬੈਠਾ। ਮਾਲ ਖਰੀਦਿਆ ਜਿੱਥੋਂ ਉੱਥੋਂ ਪੇਮੈਂਟਾਂ ਦੇਣੀਆਂ, ਇੱਦਾਂ ਮਾਲਕ ਬੈਠਾ। ਸੋਚੀ ਇੱਦਾਂ ਸੋਚੀ ਬੈਠਾ। ਅਤੇ ਜਿਹੜਾ ਸੇਵਕ ਹੈ, ਜਿਹੜਾ ਉਹਦਾ ਨੌਕਰ ਹੈ, ਉਹ ਮੋਬਾਈਲ 'ਚ ਆਰਾਮ ਦੇ ਨਾਲ ਖੇਡਦਾ ਪਿਆ। ਆਖੋ ਸਤਨਾਮ। ਉਹਨੂੰ ਕੋਈ ਲੈਣਾ ਦੇਣਾ ਨਹੀਂ ਬਿਜਲੀ ਦੇ ਬਿੱਲ ਦਾ, ਉਹਨੂੰ ਕੋਈ ਲੈਣਾ ਦੇਣਾ ਕਿਹੜੀ ਪੇਮੈਂਟ ਨੂੰ, ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਵੇਂ ਤੂੰ ਭੁਗਤਾਏਗਾ। ਮੈਨੂੰ ਤਾਂ ਬਾਈ ਮੈਨੂੰ ਸੈਲਰੀ ਚਾਹੀਦੀ। ਆਖੋ ਸਤਨਾਮ। ਸੇਵਕ ਬਣਿਆ ਅਤੇ ਬੈਠਾ ਆਰਾਮ ਦੇ ਨਾਲ, ਮਾਲਕ ਬਣਿਆ ਅਤੇ ਇੱਦਾਂ ਬੈਠਾ ਵਿਚਾਰਾ, ਆਹ ਦੇਣਾ ਆਹ ਦੇਣਾ ਆਹ ਕਰਨਾ ਆਹ ਕਰਨਾ। ਸੇਵਕ ਬਣ ਜਾਓ, ਤੇਰੀਆਂ ਟੈਨਸ਼ਨਾਂ, ਮਾਲਕਾ ਤੂੰ ਦੇਖ ਕਿਵੇਂ ਮੇਰੇ ਘਰ ਦਾ ਭੁਗਤਾਨਾ ਹੀ, ਕਿਵੇਂ ਕਰਨਾ ਹੀ, ਕਿਵੇਂ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਵਿਹਲੜ ਹੋ ਕੇ ਬਹਿ ਜਾਣਾ, ਨਾ ਨਾ ਨਾ, ਗਲਪ ਗਲਤ ਪਾਸੇ ਨਾ ਲੈ ਕੇ ਜਾਣਾ ਕਿ ਵਿਹਲੜ ਹੋ ਕੇ ਬਹਿ ਗਏ, ਮੈਂ ਤਾਂ ਬਹਿ ਗਿਆ ਜੀ, ਆਹ ਭੁਗਤਾ ਮੇਰਾ, ਹੋਰ ਮਰਾਂਗੇ। ਕੰਮ ਸਾਰੇ ਕਰਨੇ ਨੇ ਪਰ ਕਰਨਾ ਸੇਵਕ ਬਣ ਕੇ। ਆਖੋ ਸਤਨਾਮ। ਕੰਮ ਸਾਰੇ ਭੁਗਤਾਣੇ ਨੇ ਪਰ ਸੇਵਕ ਬਣ ਕੇ। ਮੇਰਾ ਪਰਿਵਾਰ ਹੈ ਮੇਰਾ ਨਹੀਂ ਤੇਰਾ ਹੈ। ਆਖੋ ਸਤਨਾਮ। ਮੇਰਾ ਕਾਰੋਬਾਰ ਹੈ ਮੇਰਾ ਨਹੀਂ ਤੇਰਾ ਹੈ। ਮੇਰੀਆਂ ਫੈਕਟਰੀਆਂ ਨੇ ਮੇਰੀਆਂ ਨਹੀਂ ਤੇਰੀਆਂ ਨੇ। ਤੇ ਤੁਹਾਡੀ ਫੈਕਟਰੀਆਂ ਨੂੰ ਮੈਂ ਸੰਭਾਲਦਾ ਪਿਆ, ਮੈਨੂੰ ਤੌਫੀਕ ਦਿੱਤੀ ਜੇ, ਮੈਂ ਨੌਕਰਾਂ ਤੇਰਾ। ਆਖੋ ਸਤਨਾਮ। ਮੈਂ ਨੌਕਰਾਂ ਤੇਰਾ।
ਦੁਕਾਨਾਂ ਤੁਹਾਡੀਆਂ ਨੇ ਮਹਾਰਾਜ, ਮੇਰੀਆਂ ਨਹੀਂ। ਮੈਂ ਤੁਹਾਡੀ ਨੌਕਰੀ ਕਰ ਰਿਹਾ, ਮੈਂ ਤੁਹਾਡੀ ਚਾਕਰੀ ਕਰ ਰਿਹਾ, ਤੁਸੀਂ ਗੱਦੀ 'ਚ ਬਾਇਆ, ਅੱਗੇ ਮੈਂ ਨੌਕਰ ਰੱਖੇ ਨੇ, ਮੈਂ ਉਹਨਾਂ ਨੂੰ ਸਾਹਮਣੇ ਬਾਇਆ, ਤੁਸੀਂ ਮੈਨੂੰ ਨੌਕਰ ਰੱਖਿਆ ਆਪਣੀ ਗੱਦੀ 'ਚ ਬਾਇਆ, ਬਸ ਫਰਕ ਇੰਨਾ ਹੈ, ਫਰਕ ਇੰਨਾ। ਦੁਕਾਨ ਤੁਹਾਡੀ, ਗੱਦੀ ਤੁਹਾਡੀ, ਗਲਾ ਤੁਹਾਡਾ, ਮੈਂ ਵੱਡਾ ਨੌਕਰ, ਜਿਹਨੂੰ ਮੈਂ ਰੱਖਿਆ ਉਹ ਛੋਟਾ ਨੌਕਰ ਹੈ, ਤਾਂ ਨੌਕਰ ਹੀ ਆ। ਸੁਖੀ ਰਵਾਂਗੇ, ਸੁਖੀ ਰਵਾਂਗੇ। ਜਿਸ ਦਿਨ ਮਾਲਕ ਬਣੇ, ਜਿਸ ਦਿਨ ਜੀਵਨ ਦੀ ਅਗਵਾਈ ਅਸੀਂ ਆਪਣੇ ਹੱਥ 'ਚ ਲੈ ਲਈ, ਪਰ ਫਿਰ ਰੋਣਾ ਹੀ ਹੈ। ਮੈਨੂੰ ਬਖਸ਼ ਲੈਣਾ, ਮੈਂ ਕਲੀਅਰ ਕਹਿ ਰਿਹਾ, ਫਿਰ ਰੋਣਾ ਹੀ ਹੈ। ਵਿਛੜ ਚੋਟਾਂ ਖਾਵੇ, ਪਰ ਮੈਂ ਨਹੀਂ ਕਹਿ ਰਿਹਾ, ਮਾਲਕ ਚੋਟਾਂ ਖਾਏਗਾ, ਚੋਟਾਂ ਖਾਏਗਾ। ਇਸ ਲਈ ਆਪਣੀ ਜੀਵਨ ਦੀ ਅਗਵਾਈ ਦੇ ਦਿਓ ਗੁਰੂ ਜੀ ਨੂੰ, ਜਿਵੇਂ ਸਤਿਗੁਰ ਕਹਿੰਦੇ ਨੇ, ਜਿਵੇਂ ਸਤਿਗੁਰੂ ਸਾਧ ਸੰਗਤ ਕਹਿੰਦੇ ਨੇ ਨਾ। ਗੁਰ ਕਾ ਕਿਹਾ, ਭਗਤੀ ਆਈ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਕਹਿੰਦੇ ਗੁਰ ਕਾ ਕਿਹਾ ਜੇ ਕਰੇ, ਜਿਹੜਾ ਕੁਝ ਗੁਰੂ ਕਹਿ ਰਹੇ ਨੇ, ਜੋ ਕੁਝ ਕਹਿ ਰਹੇ ਨੇ ਜੀ ਸਤਿ। ਹੁਣ ਇੱਕ ਨੌਕਰ ਤੁਸੀਂ ਰੱਖਿਆ ਹੋਵੇ ਔਰ ਨੌਕਰ ਨੂੰ ਕੋਈ ਕੰਮ ਕਹੋ ਉਹ ਨਾ ਮੰਨੇ, ਦੂਜਾ ਕੰਮ ਕਹੋ ਉਹ ਨਾ ਮੰਨੇ, ਕੰਨੀ ਕਤਰਾ ਜਾਵੇ, ਤੀਸਰਾ ਕੰਮ ਕਹੋ ਤੁਹਾਡੇ ਮੂੰਹ 'ਤੇ ਜਵਾਬ ਦੇ, ਨਾ ਜੀ ਮੈਂ ਨਹੀਂ ਕਰਦਾ, ਚੌਥਾ ਨਾ ਜੀ ਮੈਂ ਨਹੀਂ ਕਰਦਾ, ਪੰਜਵਾਂ ਕੰਮ ਨਾ ਜੀ ਮੈਂ ਨਹੀਂ ਕਰਦਾ, ਆਪੇ ਕਰ ਲਓ, ਛੇਵਾਂ ਕੰਮ, ਸੱਤਵਾਂ ਕੰਮ, ਅੱਠਵਾਂ ਕੰਮ, ਮਾਰੋਗੇ ਚਪੇੜ ਬਾਹਰ ਕੱਢੋਗੇ ਉਹਨੂੰ, ਆਖੋ ਸਤ ਨਾ। ਰੱਖੋਗੇ ਐਸੇ ਨੌਕਰ ਨੂੰ? ਨਹੀਂ ਰੱਖੋਗੇ, ਬਾਹਰ ਕੱਢ ਦਿਓਗੇ ਨੌਕਰੀ ਤੋਂ। ਅਤੇ ਇਹੀ ਹਾਲ ਸਾਧ ਸੰਗਤ ਸਾਡਾ ਅਤੇ ਮਾਲਕ ਦਾ ਹੈ, ਆਖੋ ਸਤ ਨਾ। ਮਾਲਕ ਜੋ ਕਹਿੰਦੇ ਨੇ ਮੰਨੀ ਚੱਲੋ, ਤਰੱਕੀਆਂ ਹੁੰਦੀਆਂ ਰਹਿਣਗੀਆਂ, ਆਖੋ ਸਤ ਨਾ। ਉਹ ਸੇਵਕ ਦੀ ਤਰੱਕੀ ਹੈ ਜਿਹੜਾ ਆਗਿਆ 'ਚ ਰਹਿੰਦਾ, ਆਗਿਆ 'ਚ ਰਹਿਣ ਵਾਲਾ ਸੇਵਕ ਤਰੱਕੀ 'ਚ ਜਾਂਦਾ, ਮਾਲਕ ਦੀ ਖੁਸ਼ੀ 'ਚ ਰਹਿੰਦਾ, ਮਾਲਕ ਦੇ ਪਿਆਰ 'ਚ ਰਹਿੰਦਾ, ਮਾਲਕ ਉਹਦੇ 'ਤੇ ਪਿਆਰ, ਮਾਲਕ ਉਹਦੇ 'ਤੇ ਖੁਸ਼ੀ, ਮਾਲਕ ਆਪਣੀਆਂ ਸਾਰੀਆਂ ਰਹਿਮਤਾਂ ਉਹਦੇ 'ਤੇ ਵਰਤਾਈ ਜਾਂਦਾ ਜਿਹੜਾ ਆਗਿਆ 'ਚ ਹੈ, ਜਿਹੜਾ ਸੇਵਕ ਆਗਿਆ 'ਚ ਹੈ। ਗੁਰ ਕਾ ਕਿਹਾ ਜੇ ਕਰੇ, ਮਹਾਰਾਜ ਕਹਿੰਦੇ ਲੈ ਲਿਖ ਕੇ ਦੇਣਾ ਹੀ, ਸੁਖੀ ਹੋਂ ਸੁਖ ਸਾਰ, ਆਖੋ ਸਤਨਾਮ, ਸੁਖੀ ਹੋ ਸੁਖ ਸਾਰ। ਗੁਰ ਕੀ ਕਰਨੀ ਭਾਉ ਕੱਟੀ ਹੈ, ਤੇਰੇ ਸਾਰੇ ਡਰ ਖਤਮ ਹੋ ਜਾਣਗੇ, ਭਾਉ ਕੱਟੀ ਹੈ, ਕੋਈ ਤੈਨੂੰ ਡਰ ਨਹੀਂ ਰਹੇਗਾ, ਕਿਸੇ ਕਿਸਮ ਦਾ ਡਰ ਨਹੀਂ ਰਹੇਗਾ, ਕਿਸੇ ਕਿਸਮ ਦਾ, ਹਰ ਕਿਸਮ ਦਾ ਡਰ ਖਤਮ, ਸਾਧ ਸੰਗਤ ਭਾਵੇਂ ਇੱਥੇ ਦਾ ਭਾਵੇਂ ਉੱਥੇ ਦਾ। ਗੁਰ ਕੀ ਕਰਨੀ ਭਾਉ ਕੱਟੀ ਹੈ, ਨਾਨਕ ਭਾਵੇਂ ਪਾਰ, ਆਖੋ ਸਤਨਾਮ। ਬਾਹਾਂ ਤੋਂ ਪਕੜ ਕੇ, ਬਾਹਾਂ ਪਕੜ ਅੰਦਲੇ ਉਧਾਰੇ, ਬਾਹਾਂ ਤੋਂ ਪਕੜ ਕੇ ਮੈਨੂੰ ਅੰਨੇ ਨੂੰ ਸਾਧ ਸੰਗਤ ਬਾਹਰ ਕੱਢ ਲੈਂਦੇ ਨੇ। ਪਰ ਜੇ ਗੁਰੂ ਨੂੰ ਮੈਂ ਆਗੂ ਮੰਨਾਂ, ਆਪਣੇ ਜੀਵਨ ਦੀ ਅਗਵਾਈ ਦਿਆਂ, ਸਤਿਗੁਰ ਕਿਰਪਾ ਕਰਨ। ਇਹ ਦਾਸ ਨੇ ਮੋਟੀ ਮੋਟੀ ਗੱਲ ਕੀਤੀ, ਸਤਿਗੁਰ ਦਾ ਕਿਹਾ ਜਿਹੜਾ ਇਹ ਇੱਕ ਇੱਕ ਬੋਲ ਗੁਰੂ ਨਾਨਕ ਦੇ ਇਹ ਕਿਹਾ ਹੈ, ਗੁਰੂ ਨਾਨਕ ਦਾ ਸ਼ਬਦ, ਗੁਰੂ ਨਾਨਕ ਦੀ ਮੱਤ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਤਿਗੁਰਾਂ ਦੀ ਸੋਚ ਹੈ ਜੋ ਅਸੀਂ ਮੰਨਣੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਤਿਗੁਰ ਦਾ ਗਿਆਨ ਹੈ ਜੋ ਅਸੀਂ ਗ੍ਰਹਿਣ ਕਰਨਾ ਹੈ। ਉਹ ਉਸ ਸ਼ਬਦ 'ਤੇ ਆਪਾਂ ਜੀਵਨ ਢਾਲਣਾ। ਕਰਮਾਂ ਵਾਲਿਓ, ਗੁਰੂ ਭਾਗ ਲੈਣ, ਆਪਣੇ ਜੀਵਨ ਦੀ ਅਗਵਾਈ ਦੇਈਏ ਗੁਰੂ ਨੂੰ, ਸੱਚੇ ਪਾਤਸ਼ਾਹ ਸਾਂਭ ਮੇਰੇ ਜੀਵਨ ਨੂੰ, ਤੂੰ ਸਾਂਭ ਮੈਨੂੰ, ਆਖੋ ਸਤਿਨਾਮ। ਫਿਰ ਦੇਖੋ ਨਜ਼ਾਰੇ, ਫਿਰ ਨਜ਼ਾਰੇ ਵੇਖੋ,
ਜਦੋਂ ਸੇਵਕ ਬਣ ਕੇ ਬੈਠਾਂਗੇ ਵੀ ਨਜ਼ਾਰੇ ਹੀ ਨਜ਼ਾਰੇ ਨੇ, ਜਿਸ ਦਿਨ ਮੈਂ ਮਾਲਕ ਬਣ ਬੈਠਾ ਫਿਰ ਹਾਏ ਹਾਏ ਹੈ, ਫਿਰ ਪਰੇਸ਼ਾਨੀਆਂ ਹੀ ਨੇ, ਫਿਰ ਤਕਲੀਫਾਂ ਹੀ ਨੇ, ਫਿਰ ਸੋਚਾਂ ਹੀ ਨੇ, ਫਿਰ ਕਿੱਲਤ ਹੀ ਹੈ। ਪਰ ਬਾਗ ਡੋਰ ਦਿਓ ਗੁਰੂ ਨਾਨਕ, ਨਿਤਨੇਮੀ ਹੋਵੋ, ਸਿਮਰਨ ਦੇ ਪੱਕੇ ਹੋਵੋ, ਬਾਣੀ ਦੇ ਪੱਕੇ ਹੋਵੋ, ਨਿਤਨੇਮ ਦੇ ਪੱਕੇ ਹੋਵੋ, ਅੰਮ੍ਰਿਤ ਵੇਲੇ ਦੇ ਪੱਕੇ ਹੋਵੋ, ਫਿਰ ਦੇਖੋ ਸਾਧ ਸੰਗਤ ਜੀ। ਬਾਬਾ ਜੀ ਕਹਿੰਦੇ ਸਨ, ਕਹਿੰਦੇ ਤੂੰ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਬਾਹ ਨਹੀਂ ਛੱਡਣਗੇ। ਆਖੋ ਸਤਨਾਮ। ਤੂੰ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਬਾਹ ਨਹੀਂ ਛੱਡਣਗੇ। ਤੇ ਨਿਤਨੇਮ ਕੀ ਹੈ? ਨਿਤ ਦਾ ਨੇਮ, ਪੰਜਾਂ ਬਾਣੀਆਂ ਦਾ ਤਾਂ ਨਿਤਨੇਮ ਹੈ ਹੀ ਹੈ, ਪਰ ਜਿਹੜਾ ਤੁਸੀਂ ਨਿਤ ਦਾ ਨੇਮ ਬਣਾਇਆ ਹੋਇਆ ਨਾ, ਕਿਸੇ ਦੇ ਨਿਤ ਦੇ ਨੇਮ ਦੇ ਵਿੱਚ ਸੁਖਮਨੀ ਸਾਹਿਬ ਵੀ ਹੈ, ਕਿਸੇ ਦੇ ਨਿਤ ਨੇਮ ਦੇ ਵਿੱਚ ਆਸਾ ਕੀ ਵਾਰ ਵੀ ਹੈ, ਕਿਸੇ ਦੇ ਨਿਤ ਨੇਮ ਦੇ ਵਿੱਚ 10 ਅੰਗ ਸਹਿਜ ਪਾਠ ਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਕੋਈ 20 ਅੰਗ ਕਰਦਾ, ਕੋਈ 5 ਅੰਗ ਕਰਦਾ, ਕੋਈ 2 ਅੰਗ ਕਰਦਾ, ਉਹਦੇ ਨਿਤ ਨੇਮ 'ਚ ਸ਼ਾਮਲ ਹੈ। ਕਿਸੇ ਦੇ ਨਿਤ ਨੇਮ 'ਚ ਅੰਮ੍ਰਿਤ ਵੇਲਾ ਹੈ, ਕਿਸੇ ਦੇ ਨਿਤ ਨੇਮ 'ਚ ਬੰਦਗੀ ਹੈ, ਕਿਸੇ ਦੇ ਨਿਤ ਨੇਮ 'ਚ 6 ਮਾਲਾ ਮੂਲ ਮੰਤਰ ਦੀਆਂ ਨੇ, ਕਿਸੇ ਦੇ ਨਿਤ ਨੇਮ 'ਚ ਕੁਝ ਹੈ। ਮਹਾਰਾਜ ਕਹਿੰਦੇ ਤੂੰ ਨਿਤ ਨੇਮ ਨਾ ਛੱਡੀ। ਮਹਾਂਪੁਰਸ਼ ਕਹਿੰਦੇ ਨੇ, ਤੰਤਰ ਬਾਬਾ ਆਨੰਦ ਸਿੰਘ, ਤੂੰ ਨਿਤਨੇਮ ਨਾ ਛੱਡੀ, ਗੁਰੂ ਨਾਨਕ ਤੇਰੀ ਬਾਹ ਨਹੀਂ ਛੱਡਣਗੇ। ਕਿਉਂ? ਗੁਰੂ ਨਾਨਕ ਨੂੰ ਪਿਆਰ ਹੀ ਨਿਤਨੇਮ ਨਾਲ ਹੈ। ਗੁਰੂ ਨਾਨਕ ਕੇ ਘਰ ਕੇਵਲ ਨਾਲ।